ਤੇ ਕਿਦਾਂ ਦੋਸਤੋ, ਹੋਪ ਕਰਦਾ ਤੁਸੀਂ ਸਾਰੇ ਵਧੀਆ ਹੋਗੇ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕਰਨ ਔਜਲਾ ਦੀ ਆਉਣ ਵਾਲੀ ਨਵੀਂ ਐਲਬਮ ਤੇ ਕੁਝ ਨਵੀਂ 뮤직 ਇੰਡਸਟਰੀ ਅਪਡੇਟਸ ਬਾਰੇ, ਜਿੰਦੇ ਸਭ ਨਾਲ ਪਹਿਲੇ ਗੱਲ ਕਰਾਂਗੇ ਪ੍ਰੇਮ ਢਿੱਲੋਂ ਦਾ ਗਾਣਾ 25 ਮਈ ਨੂੰ ਆਣਾ ਹੈ, ਜੋ ਕਿ ਪ੍ਰੇਮ ਢਿੱਲੋਂ ਦੇ ਕਿਸੇ ਫੈਨ ਪੇਜ ਵੱਲੋਂ ਉਹਦੇ ਪੋਸਟਰ ਨੂੰ ਐਡਿਟ ਕਰਕੇ ਲਾਇਆ ਗਿਆ ਤੇ ਕੈਪਸ਼ਨ ਵਿੱਚ ਲਿਖਿਆ ਗਿਆ। ਤੁਸੀਂ ਇਹ ਗਾਣੇ ਨੂੰ ਸੁਣਨ ਦੇ ਬਾਅਦ ਕੁਝ ਗੱਲਾਂ ਨੇ ਜਿਹੜੀਆਂ ਕਿ ਫੇਮ ਦੇ ਮੁਤਲਕ ਤੁਸੀਂ ਆਊਟਸਾਈਡ ਦਾ ਬਾਕਸ ਸੋਚਣ ਲੱਗ ਜਾਓਗੇ। ਗਾਣਾ 25 ਮਈ ਨੂੰ ਆਣਾ ਹੈ, ਹੋ ਸਕਦਾ ਹੈ ਕਿ ਸਿੱਧੂ ਦਾ ਵੀ ਜ਼ਿਕਰ ਹੋਵੇ ਹਲੇ, ਕਿਉਂਕਿ ਔਨ ਟੌਪ ਤੇ ਗੋਟ ਦਾ ਇਮੋਜੀ ਬਣਾਇਆ ਗਿਆ, ਜਿੰਦੇ ਤੋਂ ਲੱਗ ਰਿਹਾ ਕਿ 25 ਨੂੰ ਸਿੱਧੂ ਦਾ ਲੈਵਲ ਸੌਂਗ ਵੀ ਆਇਆ ਸੀ, ਜੋ ਕਿ ਲੈਵਲ ਸੌਂਗ सिद्धू ने प्रेम ढिल्लों कुछ टारगेट करके गल्लां भी कीतियां सन। शायद उनकी क्लैरिफिकेशन करनी होवे, कुछ भी हो सकता है। फिर गल करिए सिद्धू दे 2 मिनट लंबे गाने दी, जिंदे कहा जा रहा है कि 295 वर्गा एक 9 मिनट दा गाना, जिंदे फॉर्मेट नू ते काफी चीज़ां नू टारगेट करके सिद्धू ने गाया है। ते मेरी जानो गाना ना ही 25 मई नू आना, ना ही 29 नू आना, हो सकदा है 11 जून नू आवे सिद्धू दे बर्थडे वाले दिन। उहदे टाइटल दा हले तक कोई पता नहीं लगा, पर उम्मीद कर सकने 11 जून नू आ जाएगा, या इस तू लेट भी हो सकदा, पर इस तू पहले नहीं। ਉਹ ਕਹਿੰਦੇ ਬਈ 9 ਮਿੰਟ ਤੋਂ ਉੱਪਰ ਦਾ ਗਾਣਾ ਬਾਈ ਸਿੱਧੂ ਮੂਸੇਵਾਲ ਦਾ। ਫਿਰ ਗੱਲ ਕਰੀਏ ਏਪੀ ਢਿੱਲੋਂ ਦੀ ਤੇ ਗੁਰਿੰਦਰ ਗੇਲ ਵੀ ਤੇ ਏਪੀ ਢਿੱਲੋਂ ਦੋਨੋਂ ਪੋਸਟਾਂ ਵਗੈਰਾ ਪਾ ਕੇ ਦੱਸੀ ਜਾ ਰਹੇ ਨੇ ਕਿ ਉਹਨਾਂ ਦੀ ਕੋਈ ਐਲਬਮ ਵਗੈਰਾ ਆਉਣ ਵਾਲੀ ਹੈ। ਅੱਜ ਹੀ ਉਹਨਾਂ ਦੀ ਇੱਕ ਪੋਸਟ ਸਾਹਮਣੇ ਆਈ ਹੈ, ਇਹਦੇ ਚੋਂ ਕਿਸੇ ਗਾਣੇ ਦੀ ਵੀਡੀਓ ਦਾ ਸ਼ੂਟ ਕਰਦੇ ਨਜ਼ਰ ਆ ਰਹੇ ਨੇ, ਤੇ ਹੋ ਸਕਦਾ ਉਹਨਾਂ ਦੀ ਵੀ ਐਲਬਮ ਆਪਾਂ ਨੂੰ ਕਰਨ ਔਜਲਾ ਦੀ ਐਲਬਮ ਦੇ ਨਾਲ ਨਾਲ ਕਿਤੇ ਸੁਣਨ ਨੂੰ ਮਿਲ ਜਾਵੇ। ਫਿਰ ਗੱਲ ਕਰੀਏ ਸ਼ੁਭ ਦੀ ਤੇ ਸ਼ੁਭ ਦੀ ਵੀ ਐਲਬਮ ਸਪੋਟੀਫਾਈ ਦੇ ਗਲੋਬਲ ਚਾਰਟਸ ਤੇ 9ਵੇਂ ਨੰਬਰ ਤੇ ਰੈਂਕ ਕਰ ਰਹੀ ਹੈ, ਟੌਪ 10 ਦੇ ਵਿੱਚ ਆ ਗਈ ਹੈ। ਕਿਸੇ ਨੂੰ ਐਲਬਮ ਪਸੰਦ ਆ ਰਹੀ ਹੈ, ਕੋਈ ਇਹਦੇ ਚੋਂ ਗਲਤੀਆਂ ਕੱਢ ਰਿਹਾ, ਜੋ ਵੀ ਹਿਸਾਬ ਕਿਤਾਬ ਹੈ, ਪਰ ਸ਼ੁਭ ਦੇ ਸੌਂਗ ਐਡਿਕਟਿਵ ਤਾਂ ਹੁੰਦੇ ਨੇ, ਲੋਕਾਂ ਨੂੰ ਉਹਨਾਂ ਦੀ ਆਦਤ ਤਾਂ ਪੈ ਹੀ ਜਾਣੀ। ਫਿਰ ਐਂਡ ਤੇ ਗੱਲ ਕਰੀਏ ਕਰਨ ਔਜਲਾ ਦੀ ਤੇ ਕਰਨ ਔਜਲਾ ਦੀ ਐਲਬਮ ਵੀ ਬਹੁਤ ਹੀ ਜਲਦ ਆਪਾਂ ਨੂੰ ਸੁਣਨ ਨੂੰ ਮਿਲੇਗੀ। ਅੱਜ ਹੀ ਕਰਨ ਔਜਲਾ ਨੇ ਇੱਕ ਸਟੋਰੀ ਪਾਈ, ਜਿੰਦੇ ਚ ਉਹਨੇ ਲਿਖਿਆ ਕੰਮ ਕਰੋ ਕੰਮ, ਨਾਲ ਪਿੱਛੇ ਸਟੂਡੀਓ ਵਿਖਾ ਰਿਹਾ ਤੇ ਨਾਲ ਥੱਲੇ ਉਹਨੇ ਇਮੋਜੀ ਲਾਏ ਨੇ ਰੌਕਟ ਤੇ ਇੱਕ ਬੰਦਾ ਵੀਡੀਓ ਐਡੀਟਿੰਗ ਕਰ ਰਿਹਾ ਜਾਂ ਆਡੀਓ ਪ੍ਰੋਸੈਸਿੰਗ ਕਰ ਰਿਹਾ ਇਮੋਜੀ ਦੇ ਵਿੱਚ, ਨਾਲ ਅੱਗੇ ਉਹਨੇ ਕੈਮਰਾ ਲਾਇਆ, ਜਿੰਦੇ ਤੋਂ ਲੱਗ ਰਿਹਾ ਕਿ ਉਹਦੇ ਗਾਣਿਆਂ ਦੇ ਸ਼ੂਟ ਚੱਲ ਰਹੇ ਨੇ। ਬਾਕੀ ਤੁਹਾਨੂੰ ਕਿੰਨਾ ਕੁ ਇੰਤਜ਼ਾਰ ਹੁੰਦੀ ਐਲਬਮ ਦਾ, ਥੱਲੇ ਕਮੈਂਟਾਂ ਜ਼ਰੂਰ ਦੱਸਿਆ। ਜੇ ਗੱਲਬਾਤ ਕਰਨੀ ਹੋਵੇ ਇੰਸਟਾ ਤੇ ਆ ਜਾਓ, ਮਿਲਦੇ ਕਿਸੇ ਨੈਕਸਟ ਵੀਡੀਓ, ਤਦ ਤੱਕ ਲਵ ਯੂ ਗਾਇਜ਼।